ਹੁਣ ਅਨੀਤਾ ਸੋਮ ਪ੍ਰਕਾਸ਼ ਜੀ ਹੁਸ਼ਿਆਰਪੁਰ ਤੋਂ ਇਲੈਕਸ਼ਨ ਲੜ ਰਹੇ ਨੇ। ਮੈਂ ਦੋ ਚਾਰ ਜਿਹੜੀਆਂ ਗੱਲਾਂ ਕਰਨੀਆਂ, ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣ ਲਿਓ। ਇੱਕ ਤਾਂ ਮੇਰਾ ਵੀਰ ਕੋਈ ਮੇਰੀ ਸਪੀਚ ਦੇ ਵਿੱਚ ਨਾਰਾ ਨਾ ਲਾਇਓ ਕਿਸੇ ਵੀ ਕਿਸਮ ਦਾ ਹੋਵੇ। ਮੈਂ ਜਿਹੜੀਆਂ ਗੱਲਾਂ ਕਰਨੀਆਂ ਨੇ, ਵਿਵਾਹ ਕਰਨੀਆਂ ਨੇ, ਜਿੰਨੀਆਂ ਮੈਂ ਕੀਤੀਆਂ ਨੇ ਹੁਣ ਤੱਕ, ਬਹੁਤੇ ਲੋਕ ਮੈਨੂੰ ਇਹ ਕਹਿੰਦੇ ਸੀ ਕਿ ਤੂੰ ਕਿਹਦੇ ਪੈਰਾਂ ਵਿੱਚ ਜਾ ਕੇ, ਕਿਹਦੀਆਂ ਜੁੱਤੀਆਂ ਵਿੱਚ ਜਾ ਕੇ ਬਹਿ ਗਿਆ। ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ, ਪੰਜਾਬ ਨੂੰ ਬਰਬਾਦ ਕਰਨ ਵਾਲੇ ਕੌਣ ਨੇ? ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ, ਦੂਜੇ ਨੰਬਰ 'ਤੇ ਕਾਂਗਰਸ ਪਾਰਟੀ ਹੈ, ਅਤੇ ਬੀਜੇਪੀ ਪਾਰਟੀ ਨੂੰ, ਭਾਰਤੀ ਜਨਤਾ ਪਾਰਟੀ ਨੂੰ ਬਦਨਾਮ ਕਰਨ ਵਾਸਤੇ ਜੋ ਪ੍ਰੋਪੋਗੰਡਾ ਕੀਤਾ ਗਿਆ ਉਹਦੇ ਨਾਲ ਸਾਡੇ ਪੰਜਾਬ ਦਾ ਨੁਕਸਾਨ ਹੋਇਆ। ਜਦੋਂ ਮੇਰੀ ਗੱਲਬਾਤ ਮੀਡੀਆ ਰਾਹੀਂ ਵਾਇਰਲ ਹੁੰਦੀ ਹੈ, ਉਦੋਂ ਕਿਹਾ ਜਾਂਦਾ ਸੀ ਤੂੰ ਕਿਹਦਾ ਚਮਚਾ ਹੈ, ਕਿਹਦੀਆਂ ਜੁੱਤੀਆਂ ਵਿੱਚ ਬੈਠਾ। ਮੈਂ ਐਲਾਨੀਆਂ ਕਹਿੰਦਾ, ਮੈਂ ਅੱਜ ਤੱਕ ਨਾ ਵਿਕਿਆ ਨਾ ਵਿਕਣਾ, ਨਾ ਕਿਸੇ ਜੁੱਤੀਆਂ ਵਿੱਚ ਬੈਠਿਆ ਅਤੇ ਨਾ ਕਿਸੇ ਨੂੰ ਬਹਾਉਣਾ। ਭੈ ਕਾਹੂੰ ਕੋ ਦੇ ਦਿੰਦਾ, ਨਹਿ ਭੈ ਮਾਨ ਤੇ ਆਣ। ਮੈਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਗਤੀਵਿਧੀਆਂ ਹੈਗੀਆਂ ਸੀ, ਜੋ ਕੰਮ ਕਾਰ ਮੋਦੀ ਜੀ ਕਰ ਰਹੇ ਨੇ, ਉਹਦੇ ਤੋਂ ਇੰਨਾ ਕੁ ਖੁਸ਼, ਇੰਨਾ ਕੁ ਪ੍ਰਭਾਵਿਤ ਹੋਇਆ। ਜੇ ਤੁਸੀਂ ਇਕੱਲੀ ਯੂਪੀ ਦੀ ਗੱਲ ਕਰੋਗੇ, ਉੱਥੋਂ ਦੇ ਜਿਹੜੇ ਮੁੱਖ ਮੰਤਰੀ ਨੇ, ਆਪ ਸਭ ਨੂੰ ਪਤਾ ਹੈ, ਜੋਗੀ ਜੀ, ਉਹਨਾਂ ਨੇ ਗੈਂਗਸਟਰਵਾਦ, ਅੱਤਵਾਦ, ਜਿਹੜੀ ਯੂਪੀ ਦੀ ਗੰਦਗੀ ਸੀ ਉਹ ਸਾਫ਼ ਕੀਤੀ ਹੈ। ਅਤੇ ਮੇਰੇ ਨਾਲ ਸੋਮ ਪ੍ਰਕਾਸ਼ ਜੀ ਬੈਠੇ ਨੇ, ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਆ ਲੋਕ ਸਭਾ ਦੀਆਂ ਜਿਹੜੀਆਂ ਇਲੈਕਸ਼ਨਾਂ ਨੇ, ਇਹਦੇ ਵਿੱਚ ਅੱਧਾ ਪੰਜਾਬ ਅਸੀਂ ਜਿੱਤ ਕੇ ਦੇ ਰਹੇ ਹਾਂ। ਘੱਟੋ ਘੱਟ 6 ਸੀਟਾਂ ਪੰਜਾਬ ਦੇ ਵਿੱਚੋਂ ਦੇ ਰਹੇ ਹਾਂ, 6 ਸੀਟਾਂ ਘੱਟੋ ਘੱਟ ਪੰਜਾਬ ਦੇ ਵਿੱਚੋਂ। ਔਰ ਜਿਹੜੇ ਸਾਨੂੰ ਕੈਂਡੀਡੇਟ ਮਿਲੇ ਨੇ, ਸਾਡੇ ਹਲਕਾ ਬਠਿੰਡੇ ਤੋਂ ਲੋਕ ਸਭਾ ਜਿਹੜਾ ਸੀਟ ਹੈਗੀ ਆ, ਪਰਮਪਾਲ ਕੌਰ ਜੀ, ਮੇਰੇ ਕੋਲ ਬਹੁਤੇ ਫੋਨ ਆਏ, ਕਹਿਣ ਲੱਗੇ ਜੀ ਤੁਹਾਡੀ ਪਰਮਪਾਲ ਕਿੰਨੇ ਨੰਬਰ 'ਤੇ? ਮੈਂ ਕਿਹਾ ਜੀ ਨੰਬਰ 1 ਹੈ। ਜਿਸ ਵਕਤ ਬੀਬਾ ਹਰਸਿਮਰਤ ਕੌਰ ਬਾਦਲ ਜਿੱਦੀ ਰਹੀ ਹੈ ਨਾ, ਉਸ ਵਕਤ ਭਾਰਤੀ ਜਨਤਾ ਪਾਰਟੀ ਦਾ ਸਾਥ ਹੁੰਦਾ ਸੀ, ਅਤੇ ਅੱਜ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਹੈਗੀ, ਵਿਰੋਧ ਹੋ ਰਿਹਾ ਥਾਂ ਥਾਂ 'ਤੇ। ਔਰ ਇੱਕ ਮੈਂ ਗੱਲ ਹੋਰ ਕਹਿਣੀ ਹੈ, ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਿਓ। ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਬਦਲਾਅ ਆਇਆ, ਅਤੇ ਬਦਲਾਅ ਦੇ ਵਿੱਚ ਸਰਕਾਰ ਕਿਹੜੀ ਆਈ ਤੁਹਾਨੂੰ ਪਤਾ ਹੀ ਹੈ, ਉਹ ਕਿਹੜੀ ਸਰਕਾਰ ਆਈ? ਝਾੜੂ ਪਾਰਟੀ ਆਈ। ਉਹਨਾਂ ਨੂੰ ਲੋਕਾਂ ਨੇ ਜਿਤਾਇਆ ਨਹੀਂ। ਜੇ ਤੁਸੀਂ ਕਹੋਗੇ ਨਾ ਝਾੜੂ ਨੂੰ ਲੋਕਾਂ ਨੇ ਜਿਤਾਇਆ ਨਹੀਂ, ਅਕਾਲੀਆਂ ਅਤੇ ਕਾਂਗਰਸੀਆਂ ਨੂੰ ਹਰਾਇਆ, ਜਾਣੀ ਕਿ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਹਰਾਇਆ, ਇਹਦਾ ਮਤਲਬ ਇਹ ਸੀ ਕਿ ਕਾਰੋਬਾਰ ਪੰਜਾਬ ਦੇ ਲਈ ਜੋ ਕੋਈ ਮੁੱਦਾ ਸੀ, ਜੋ ਲੋਕ ਚਾਹੁੰਦੇ ਸੀ, ਉਹ ਕੀਤਾ ਨਹੀਂ ਸੀ। ਇੱਕ ਮੈਂ ਸੋਮ ਪ੍ਰਕਾਸ਼ ਜੀ ਮੇਰੇ ਨਾਲ ਬੈਠੇ ਨੇ, ਮੈਂ ਇੱਕ ਵਿਸ਼ਵਾਸ ਦਵਾ ਕੇ ਗੱਲ ਕਰਦਾ ਕਿ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਉਹ ਪੰਜਾਬ ਦੇ ਵਿੱਚ ਬੀਜੇਪੀ ਲੀਡਰਾਂ ਦਾ ਵਿਰੋਧ ਕਰ ਰਹੀਆਂ ਨੇ, ਪਰ ਮੈਂ ਚੈਨਲ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ, ਜਿੰਨਾ ਤੁਸੀਂ ਪਿੰਡਾਂ ਦੇ ਵਿੱਚ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰੋਗੇ, ਉਨੀ ਜ਼ਿਆਦਾ ਅਸੀਂ ਪਾਵਰ ਵਿੱਚ ਆਵਾਂਗੇ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ, ਜਿਹੜਾ ਅੱਜ ਮਜ਼ਦੂਰ ਦਿਹਾੜੀ ਕਰਦਾ ਉਹ 30 ਦਿਹਾੜੀਆਂ ਲਾ ਕੇ 10,000 ਰੁਪਈਆ ਨਹੀਂ ਕਮਾ ਸਕਦਾ, ਅਤੇ ਜੇ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਅਸੀਂ 27 ਦੇ ਵਿੱਚ ਬਣਾਵਾਂਗੇ, ਇਹਦਾ ਮਤਲਬ ਇਹ ਹੈਗਾ ਜਿਹੜੀ ਇੰਡਸਟਰੀ ਬਾਦਲਾਂ ਨੇ ਜਾਂ ਕੈਪਟਨਾਂ ਨੇ ਪੰਜਾਬ 'ਚੋਂ ਬਾਹਰ ਕੀ ਭੇਜੀ ਸੀ, ਉਹ ਇੰਡਸਟਰੀ ਵਾਪਸ ਦੁਬਾਰਾ ਪੰਜਾਬ ਦੇ ਵਿੱਚ ਆਵੇਗੀ। ਅਤੇ ਇਹ ਅਸੀਂ ਬੀਜੇਪੀ ਸਰਕਾਰ ਨੂੰ, ਮੋਦੀ ਸਾਹਿਬ ਨੂੰ,
ਸੋਮ ਪ੍ਰਕਾਸ਼ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਇੰਡਸਟਰੀ ਮਜ਼ਦੂਰਾਂ ਦੇ ਲਈ ਪੰਜਾਬ ਦੇ ਵਿੱਚ ਦੁਬਾਰਾ ਆ ਜਾਵੇ। ਮਜ਼ਦੂਰ ਨਾ ਬਿਜਲੀ ਦੇ ਬਿੱਲ ਮਾਫ ਚਾਹੁੰਦਾ, ਨਾ ਕਿਰਾਇਆ ਮਾਫ ਚਾਹੁੰਦਾ ਅਤੇ ਨਾ ਕੋਈ ਹੋਰ ਸਹੂਲਤ ਚਾਹੁੰਦਾ। ਮਜ਼ਦੂਰ ਕਹਿੰਦਾ ਮੈਨੂੰ ਇੱਕ ਮਹੀਨੇ ਵਿੱਚ 20-25 ਹਜ਼ਾਰ ਰੁਪਈਏ ਦੀ ਇਨਕਮ ਹੋ ਜਾਵੇ, ਮੈਂ ਸਾਰਾ ਕੁਝ ਖਰੀਦ ਸਕਦਾ। ਅਤੇ ਮੈਂ ਦੂਜੀ ਬੇਨਤੀ ਇਹ ਕਰਨੀ ਹੈ, ਜਿਨ੍ਹਾਂ ਨੇ ਇਹ ਨਾਅਰੇ ਮਾਰੇ ਕਿ ਅਸੀਂ ਪੰਜਾਬ ਨੂੰ ਬਚਾਉਣਾ, ਅਤੇ ਉਹਨਾਂ ਪ੍ਰਤੀ ਬੇਨਤੀ ਕਰ ਦਿੰਦਾ, ਪੰਜਾਬ ਨੂੰ ਲੁੱਟਿਆ ਕਿਹਨੇ ਆ? ਸੁਖਬੀਰ ਬਾਦਲ ਅੱਜ ਪੰਜਾਬ ਬਜਾਊ ਯਾਤਰਾ ਲਈ ਫਿਰਦਾ, ਇੱਥੇ ਗੈਂਗਸਟਰ ਲੱਖਾ ਸਧਾਣਾ ਪੰਜਾਬ ਬਜਾਊ ਯਾਤਰਾ ਲਈ ਫਿਰਦਾ, ਖਹਿਰੇ ਵਰਗੇ ਪੰਜਾਬ ਬਜਾਊ ਯਾਤਰਾ ਲਈ ਫਿਰਦੇ ਨੇ। ਪਰ ਮੈਂ ਜਿੰਨੇ ਵੀ ਮੰਚ 'ਤੇ ਪੰਡਾਲ ਵੀ ਤੁਸੀਂ ਬੈਠੋ, ਸਾਰਿਆਂ ਨੂੰ ਬੇਨਤੀ ਕਰਦਾ, ਜੇ ਪੰਜਾਬ ਦਾ ਮਜ਼ਦੂਰ ਬਚਾਉਣਾ ਜਾਂ ਕਿਸਾਨ ਬਚਾਉਣਾ ਤਾਂ ਜ਼ਰੂਰੀ ਹੈ ਕਿ ਮੋਦੀ ਸਾਹਿਬ 400 ਤੋਂ ਪਾਰ ਐਤਕੀ ਕਰ ਚੁੱਕੇ ਨੇ, 400 ਤੋਂ ਪਾਰ ਐਤਕੀ ਕਰ ਚੁੱਕੇ ਨੇ, ਅਤੇ ਅੱਧਾ ਪੰਜਾਬ ਅਸੀਂ ਐਤਕੀ ਜਿੱਤ ਕੇ ਦੇ ਦੇਣਾ ਆਹ ਇਲੈਕਸ਼ਨਾਂ ਦੇ ਵਿੱਚ, ਅਤੇ 27 ਦੇ ਵਿੱਚ ਝੰਡੇ ਗੱਡ ਦੇਣੇ ਨੇ। ਸਾਨੂੰ ਸੋਮ ਪ੍ਰਕਾਸ਼ ਜੀ ਉਹ ਮੁੱਖ ਮੰਤਰੀ ਦਿਓ ਜਿਵੇਂ ਯੂਪੀ ਦੇ ਵਿੱਚ ਗੰਦਗੀ ਸਾਫ਼ ਕਰ ਦਿੱਤੀ, ਉਹੀ ਗੰਦਗੀ ਸਾਡੇ ਪੰਜਾਬ ਦੀ ਕੋਈ BJP ਦਾ ਮੰਤਰੀ ਬਣ ਕੇ, ਮੁੱਖ ਮੰਤਰੀ ਬਣ ਕੇ ਉਹ ਗੰਦਗੀ ਸਾਫ਼ ਕਰ ਦੇਵੇ। ਇਹ ਮਜ਼ਦੂਰ ਵੀ ਚਾਹੁੰਦਾ ਔਰ ਜਿਹੜੇ ਸ਼ਾਂਤੀਪੂਰਵਕ ਲੋਕ ਨੇ ਉਹ ਚਾਹੁੰਦੇ ਨੇ। ਬਸ ਇੰਨੀਆਂ ਕੁ ਬੇਨਤੀਆਂ ਮੇਰੀਆਂ ਪ੍ਰਵਾਨ ਕਰ ਲਿਓ। ਲਾਸਟ ਵਿੱਚ ਇੱਕ ਬੇਨਤੀ ਕਰਨੀ ਹੈ ਅਤੇ ਉਹਨੂੰ ਸਾਰੇ ਜਾਣੇ ਪ੍ਰਵਾਨ ਕਰ ਲਿਓ। ਜਿਹੜੇ ਬੰਦੇ ਮੈਨੂੰ ਇਹ ਕਹਿਣ ਵੀ ਕਿਸੇ ਫਲਾਨੀ ਧਿਰ ਦੇ ਨਾਲ ਜਾਂ ਫਲਾਣੇ ਲੀਡਰ ਦੇ ਨਾਲ ਮਿਲ ਕੇ ਚੱਲਦਾ, ਮੈਂ ਅੱਜ ਇੱਥੋਂ ਜ਼ਿਕਰ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਵਾਲਾ ਮੰਨਣ ਵਾਲਾ ਬੰਦਾ, ਮੈਨੂੰ ਪਾਰਟੀ ਵਿੱਚੋਂ ਕਿਸੇ ਅਹੁਦੇ ਦੀ ਲੋੜ ਨਹੀਂ ਅਤੇ ਨਾ ਕਿਤੇ ਮੰਗ ਕਰਨੀ ਹੈ ਅਤੇ ਨਾ ਕਰਨ ਦੀ ਲੋੜ ਹੈ। ਮੈਂ ਪੰਜਾਬ ਦੇ ਮਜ਼ਦੂਰਾਂ ਲਈ ਜਾਂ ਪੰਜਾਬ ਦੇ ਹੱਕਾਂ ਲਈ ਲੜਨ ਦੀ ਕੋਸ਼ਿਸ਼ ਕਰਨੀ ਹੈ ਔਰ ਜਿਹੜੀ ਪ੍ਰੋਟੋਕਾਲ ਹੁੰਦੀ ਹੈ ਪ੍ਰਧਾਨ ਜੀ ਦੇ ਨਾਲ ਗੱਲ ਹੋਈ ਸੀ ਉਹਦੇ ਮੁਤਾਬਕ ਚੱਲਣਾ ਅਤੇ ਯਕੀਨ ਦਿਵਾਉਂਦੇ ਹਾਂ ਕਿ ਐਤਕੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਪੰਜਾਬ ਦੇ ਵਿੱਚੋਂ ਤਕਰੀਬਨ ਇਹਨਾਂ ਨੂੰ ਅਸੀਂ ਜਿੱਤ ਕੇ ਦਿਖਾਉਣੀ ਹੈ। ਔਰ ਜਿਹੜੇ ਇਹ ਨਾਅਰੇ ਮਾਰਦੇ ਨੇ ਫੋਕੇ, ਜਿਵੇਂ ਭਗਵੰਤ ਮਾਨ ਦੀ ਪਹਿਲਾਂ ਗੱਲ ਕਰ ਰਹੇ ਸੀ ਕਿ 1000 ਰੁਪਈਆ ਬੀਬੀਆਂ ਦੇ ਅਕਾਊਂਟ ਵਿੱਚ ਪਾਉਣਾ, ਜੇ ਤੁਸੀਂ ਮੇਰੇ ਕੋਲੋਂ ਪੁੱਛੋਗੇ ਨਾ ਇੱਕ ਜ਼ਿਲ੍ਹੇ ਲਈ 1 ਟਰੱਕ ਰੁਪਈਆਂ ਦਾ ਚਾਹੀਦਾ ਬੀਬੀਆਂ ਨੂੰ ਦੇਣ ਵਾਸਤੇ, 1 ਟਰੱਕ ਰੁਪਈਆ ਪੰਜਾਬੀ ਦੇ ਵਿੱਚ ਜੇ ਮੈਂ ਕਹਾਂ ਤਾਂ 23 ਜ਼ਿਲ੍ਹੇ ਨੇ 23 ਟਰੱਕ ਨੋਟਾਂ ਦੇ ਕਿੱਥੋਂ ਲੈ ਕੇ ਆਉਣਗੇ? ਜਾਣੀ ਕਿ ਜੁਮਲੇ ਅਸੀਂ ਜਿਹੜੇ ਛੱਡੇ ਗਏ ਅਤੇ ਅਸੀਂ ਪੰਜਾਬ ਦੇ ਲੋਕ ਪਿੱਛੇ ਲੱਗ ਕੇ ਸਰਕਾਰ ਬਣਾ ਬੈਠੇ, ਆਹ ਬਦਲਾਅ ਸਾਡੇ ਸਾਹਮਣੇ ਅਸੀਂ ਦੇਖ ਰਹੇ ਹਾਂ ਕੀ ਹੋ ਰਿਹਾ। ਅਤੇ ਪਰ ਮੈਂ ਜਿਹੜੀ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਉਹਦਾ ਮਤਲਬ ਇਹ ਨਹੀਂ ਕਿਸੇ ਦੇ ਕਹਿਣ 'ਤੇ ਕੀਤਾ, ਉਹ ਮੇਰੀ ਆਪਣੀ ਮਰਜ਼ੀ ਹੈ। ਅਸੀਂ ਆਜ਼ਾਦ ਭਾਰਤ ਦੇ ਮਾਲਕ ਹਾਂ, ਆਜ਼ਾਦ ਸੋਚ ਦੇ ਮਾਲਕ ਹਾਂ, ਜੋ ਕਹਾਂਗੇ ਉਹ ਕਰਾਂਗੇ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।